ਕਈਆਂ ਨੂੰ ਜੱਟ ਜਿਉਣ ਨਹੀਂ ਦਿੰਦਾ ਪਰ ਆਪ ਟੌਰਨਾ ਜਿਉਂਦਾ ਹੈ। ਸਾਡੇ ਕਰਕੇ ਖਬਰਾਂ ਦੇ ਵਿੱਚ ਆਇਆ ਸ਼ਹਿਰ ਬਠਿੰਡਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਆਪਾਂ ਜਾ ਰਹੇ ਹਾਂ ਬਠਿੰਡੇ ਅਤੇ ਉੱਥੇ ਦਾਦੀ ਜੀ ਦਾ ਅਪਰੇਟ ਹੋਇਆ ਸੀਗਾ ਅਤੇ ਉਹਨਾਂ ਦਾ ਦੁਬਾਰਾ ਤੋਂ ਹੁਣ ਗੋਡਿਆਂ ਦਾ ਕੀ ਆਪਰੇਸ਼ਨ ਕਰਾਇਆ ਸੀਗਾ ਉਹ ਦੁਬਾਰਾ ਤੋਂ ਚੈੱਕਅਪ ਕਰਾਉਣ ਜਾ ਰਹੇ ਹਾਂਗੇ ਅਤੇ ਤੁਹਾਨੂੰ ਉੱਥੇ ਹੋਸਪਿਟਲ ਦਿਖਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਸਾਰਾ ਕਿਵੇਂ ਕੀ ਪ੍ਰੋਸੀਜਰ ਸੀਗਾ। ਅਤੇ ਬਾਕੀ ਜੇ ਤੁਹਾਡੇ 'ਚੋਂ ਵੀ ਕਿਸੇ ਦੇ ਗ੍ਰੈਂਡਫਾਦਰਸ ਨੇ ਜਾਂ ਕਿਸੇ ਨੇ ਵੀ ਦਾਦਾ ਦਾਦੀ ਨੇ ਕਰਾਉਣੇ ਹੋਣ ਤਾਂ ਉੱਥੇ ਜਾ ਸਕਦੇ ਨੇਗੇ। ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਨਾਗਪਾਲ ਹੋਸਪਿਟਲ ਹੈਗਾ ਅਤੇ ਹਨੂੰਮਾਨ ਚੌਂਕ ਦੇ ਨੇੜੇ ਹੈਗਾ ਅਤੇ ਤੁਹਾਨੂੰ ਦਿਖਾਵਾਂਗੇ। ਜੇ ਹੋ ਸਕਿਆ ਤਾਂ ਆਪਾਂ ਡਾਕਟਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਸਾਰਾ ਪ੍ਰੋਸੀਜਰ ਹੈਗਾ ਅਤੇ ਉੱਥੇ ਕੀ ਕੁਛ ਹੁੰਦਾ ਹੈਗਾ ਅਤੇ ਆ ਜਾਓ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਬਠਿੰਡੇ। ਦੇਖੋ ਜੀ ਇੱਥੇ ਧਰਨੇ ਵਾਲਿਆਂ ਕਰਕੇ ਯੂਨੀਅਨ ਵਾਲੇ ਬੈਠੇ ਨੇਗੇ, ਟੋਲ ਬੰਦ ਹੈਗਾ ਅਤੇ ਸਾਰੀਆਂ ਗੱਡੀਆਂ ਹੀ ਲੰਘ ਰਹੀਆਂ ਨੇਗੀਆਂ। ਮੂਹਰੇ ਕੀ ਇਹ ਬੋਰੀਆਂ ਬੋਰੀਆਂ ਲਾ ਕੇ ਜਾਮ ਕਰਕੀਆਂ ਨੇ ਸੜਕਾਂ ਇੱਥੋਂ। ਹਾਈਵੇ ਦੇ ਵਿੱਚ ਜੀ ਤੁਸੀਂ ਦੇਖਿਓ ਜੀ ਉਰੇ ਰੇਲਵੇ ਲਾਈਨ ਹੈਗੀ। ਇਹ ਰੇਲਵੇ ਲਾਈਨ ਦਾ ਖਾਸ ਕਾਰਨ ਹੈਗਾ ਕਿਉਂ ਇੱਥੇ ਨਾਲ ਇੱਧਰਲੇ ਪਾਸੇ ਜਿਹੜੇ ਬੱਦਲ ਨਹੀਂ ਹੈਗੇ, ਇਹ ਧੂੰਆਂ ਹੈਗਾ। ਇਹ ਇੱਥੇ ਥਰਮਲ ਪਲਾਂਟ ਨੇ ਲੱਗੇ ਹੋਏ ਬਠਿੰਡੇ ਹਾਈਵੇ 'ਤੇ ਨੇ, ਮੇਨ ਹਾਈਵੇ 'ਤੇ। ਹਾਈਵੇ ਵਿੱਚ ਵੀ ਆਹ ਦੇਖੋ ਇੱਧਰਲੀ ਸਾਈਡ ਨੇ ਥਰਮਲ ਪਲਾਂਟ। ਉਹ ਬੱਦਲ ਨਹੀਂ, ਉਹ ਧੂੰਆਂ ਹੈਗਾ ਜਿਹੜਾ ਉਹ ਤੁਹਾਨੂੰ ਦੇਖ ਰਹੇ ਉੱਤੇ। ਬਹੁਤ ਵੱਡਾ ਥਰਮਲ ਪਲਾਂਟ ਹੈ, ਇਹ ਨੈਸ਼ਨਲ ਹਾਈਵੇ 'ਤੇ ਬਣਿਆ ਹੋਇਆ। ਬਠਿੰਡੇ ਪਹੁੰਚਣ ਵਾਲੇ ਜੀ ਅਤੇ ਬਠਿੰਡੇ ਪਹੁੰਚਣ ਤੋਂ ਪਹਿਲਾਂ ਇਹ ਹਾਈਵੇ ਦੇ ਉੱਤੇ ਇੱਕ ਆਰਮੀ ਕੈਂਟ ਆਉਂਦਾ ਹੈਗਾ ਅਤੇ ਬਹੁਤ ਵੱਡਾ ਹੈਗਾ ਇਹ ਆਰਮੀ ਕੈਂਟ ਕਿ ਬਠਿੰਡਾ ਆਜੂ ਪਰ ਇਹ ਮੁੱਕਦਾ ਨਹੀਂ ਹੈਗਾ। ਆਹ ਦੇਖੋ ਪੂਰੀਆਂ ਉੱਚੀਆਂ ਉੱਚੀਆਂ ਕੰਧਾਂ ਨੇ, ਪੂਰੀ ਹੈ ਕਿ ਸਕਿਉਰਟੀ ਹੈ ਇੱਥੇ। ਇੱਧਰਲੀ ਸਾਈਡ ਵੀ ਹੈ, ਇਹ ਵਿਚਾਲੇ ਇੱਕ ਹੀ ਹਾਈਵੇ ਹੈਗਾ, ਦੋਨਾਂ ਪਾਸੇ ਹੈਗੇ। ਆਹ ਦੇਖੋ ਇਹ ਹੈਗਾ ਜੀ ਫੌਜੀ ਚੌਂਕ। ਹੋਸਪਿਟਲ 'ਚ ਆ ਗਏ ਸੀ ਅਤੇ ਅਸੀਂ ਇੱਥੇ ਬੈਠੇ ਹੈਗੇ ਰਿਸੈਪਸ਼ਨ 'ਤੇ, ਗੱਲ ਹੋਈ ਸੀ। ਹੁਣ ਬਸ ਡਾਕਟਰ ਸਾਹਿਬ ਦਾ ਵੇਟ ਕਰ ਰਹੇ ਹੈਗੇ, ਜਾਂ ਡਾਕਟਰ ਆ ਗਏ ਅਤੇ ਫਿਰ ਉਹਨਾਂ ਨੂੰ ਮਿਲਾਂਗੇ। ਆਪਾਂ ਹੁਣ ਡਾਕਟਰ ਸਾਹਿਬ ਕੋਲ ਬੈਠੇ ਹਾਂਗੇ ਅਤੇ ਸਾਡੇ ਨਾਲ ਬੈਠੇ ਨੇ ਇੱਥੇ ਡਾਕਟਰ ਸਾਹਿਬ ਅਤੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਦਿਆਂਗੇ। ਨਾਮ ਹੈ ਜੀ ਇਹਨਾਂ ਦਾ ਪਰਮਪ੍ਰੀਤ ਸਿੰਘ ਨਾਗਪਾਲ ਜੀ ਅਤੇ ਸਵਾਗਤ ਕਰਦੇ ਜੀ ਤੁਹਾਡਾ ਸਾਡੇ ਚੈਨਲ ਉੱਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਅਤੇ ਡਾਕਟਰ ਸਾਹਿਬ ਕਿ ਜੇ ਮੈਂ ਪਰਸਨਲੀ ਦੇਖਿਆ ਕਿ ਮੇਰੀ ਦਾਦੀ ਜੀ ਦਾ ਵੀ ਓਪਰੇਟ ਹੋਇਆ ਹੈਗਾ ਕਿ ਤੁਸੀਂ ਕਿ ਬਹੁਤ ਵਧੀਆ ਕਿ ਇੱਥੇ ਕੀ ਸੁਵਿਧਾਵਾਂ ਦੇ ਰਹੇ ਹੋਗੇ ਅਤੇ ਬਹੁਤ ਵਧੀਆ ਓਪਰੇਟ ਕਰ ਰਹੇ ਹੋਗੇ। ਥੈਂਕ ਯੂ। ਅਤੇ ਤੁਸੀਂ ਉਹ ਕਿ ਜਿਵੇਂ ਆਪਾਂ ਓਪਰੇਟ ਕਰਵਾਉਣਾ ਹੈਗਾ ਅਤੇ ਉਹਦੇ ਵਾਸਤੇ ਕਿ ਕਿੰਨੀ ਕੁ ਕੀ ਆਉਣਾ ਕੀ ਉਹਨਾਂ ਨੂੰ ਕੰਡੀਸ਼ਨ 'ਤੇ ਆਉਣਾ ਚਾਹੀਦਾ, ਕਿ ਦਰਦ ਹੋ ਰਿਹਾ ਹੈਗਾ ਉਹਨਾਂ ਦੇ ਕਿਵੇਂ? ਦੇਖੋ ਜਿਹੜੇ ਗੋਡੇ ਅਤੇ ਚੂਲੇ ਦੀ ਦਿੱਕਤ ਹੈ ਮੋਸਟਲੀ ਅਸੀਂ ਦੇਖਦੇ ਹਾਂ ਅੱਜ ਕੱਲ੍ਹ 45 ਤੋਂ 50 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੋ ਰਹੀ ਹੈਗੀ ਹੈ। ਕੁਛ ਤਾਂ ਕਹਿ ਲਓ ਪਾਣੀ ਦੀ ਦਿੱਕਤ ਹੈਗੀ ਹੈ, ਕੁਛ ਜਿਵੇਂ ਕਹਿ ਲਓ ਜਿਨ੍ਹਾਂ ਨੇ ਜ਼ਿਆਦਾ ਭਾਰ ਵਾਲੇ ਕੰਮ ਕੀਤੇ ਨੇ ਜਾਂ ਕੋਈ ਗੋਡੇ ਸੱਟ ਲੱਗ ਜਾਵੇ, ਉਸ ਚੀਜ਼ ਨਾਲ ਗੋਡੇ ਦੀ ਦਿੱਕਤ ਚੂਲੇ ਦੀ ਦਿੱਕਤ ਆ ਰਹੀ ਹੈਗੀ ਹੈ। ਲੱਛਣ ਜਿਨ੍ਹਾਂ 'ਤੇ ਆਪਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿ ਹਾਂ ਕੁਛ ਕਰਾਉਣਾ ਪਊਗਾ, ਉਹ ਹੈ ਕਿ ਜੇ ਆਪਾਂ ਨੂੰ ਦਰਦ ਲਗਾਤਾਰ ਰਹਿਣ ਲੱਗ ਜੇ, ਬਿਨਾਂ ਦਵਾਈ ਲਿੱਤੇ ਮਤਲਬ ਦਰਦ ਨਹੀਂ ਟਿਕਾ ਹੋ ਰਿਹਾ ਜੀ, ਤਾਂ ਇਹ ਕੰਡੀਸ਼ਨਸ ਨੇ ਕਿ ਮਤਲਬ ਤੁਰੰਤ 'ਚ ਦਿੱਕਤ ਆ ਰਹੀ ਹੈ, ਗੋਡੇ ਵਿੱਗੇ ਹੋਣੇ ਸ਼ੁਰੂ ਹੋ ਗਏ, ਮੁੜਨੇ ਸ਼ੁਰੂ ਹੋ ਗਏ, ਲੱਤ ਪੂਰੀ ਸਿੱਧੀ ਨਹੀਂ ਹੁੰਦੀ, ਮੁੜਦੀ ਨਹੀਂ। ਇਹ ਕੰਡੀਸ਼ਨਸ ਨੇ ਕਿ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਸੀਰੀਅਸਲੀ ਡਾਕਟਰ ਨੂੰ ਕੰਸਲਟ ਕਰਕੇ ਸ਼ੋਅ ਕਰਨਾ ਚਾਹੀਦਾ ਹੈ, ਅਤੇ ਜੇ ਲੱਗਦਾ ਐਕਸਰੇ ਦੇ ਵਿੱਚ ਕਿ ਆਪਣਾ ਗਰੀਸ ਖਤਮ ਹੋ ਗਈ, ਜਿਹੜੀ ਇੱਕ ਹੱਡੀ ਦੀ ਸੋਫਟ ਕਵਰਿੰਗ ਹੈ ਉਹ ਖਤਮ ਹੋ ਗਈ, ਹੱਡੀ ਹੱਡੀ ਨਾਲ ਭਿੜਨ ਲੱਗ ਗਈ, ਫਿਰ ਆਪਾਂ ਨੂੰ ਗੋਡੇ ਬਦਲਣ ਬਾਰੇ ਸੋਚਣਾ ਚਾਹੀਦਾ।
ਜੇ ਅਰਲੀ ਸਟੇਜ ਦੇ ਵਿੱਚ ਮਰੀਜ਼ ਦਿਖਾ ਦਿੰਦਾ ਤਾਂ ਉਹਦੇ ਵਿੱਚ ਆਪਣਾ ਕਈ ਵਾਰੀ ਗੋਡਾ ਬਚ ਵੀ ਸਕਦਾ ਜਾਂ ਉਹਦੇ ਕੁਛ ਟਾਈਮ ਨੂੰ ਵੱਧ ਵੀ ਟਪਾ ਸਕਦੇ ਹਾਂ, ਬਟ ਮੋਸਟਲੀ ਸਾਡੇ ਕੋਲ ਮਰੀਜ਼ ਐਂਡ ਸਟੇਜ 'ਤੇ ਆਉਂਦੇ ਕਿ ਜਦੋਂ ਗੋਡਾ ਪੂਰਾ ਖਤਮ ਹੋ ਚੁੱਕਿਆ ਹੁੰਦਾ, ਫਿਰ ਓਪਰੇਸ਼ਨ ਤੋਂ ਇਲਾਵਾ ਉਹਦਾ ਕੋਈ ਹੱਲ ਨਹੀਂ ਬਚਦਾ। ਕਈ ਵਾਰ ਕਿ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਬਹੁਤ ਹੀ ਘੱਟ ਉਮਰ ਦੇ ਵਿੱਚ ਕਿ ਜਿਵੇਂ 45-50 ਦੀ ਉਮਰ ਵਿੱਚ ਗੋਡੇ ਕੀ ਮੁੜਨੇ ਸ਼ੁਰੂ ਹੋ ਜਾਂਦੇ ਨੇਗੇ, ਜਾਂ ਇੱਕ ਗੋਡੇ ਵਿੱਚ ਹੀ ਦਰਦ ਹੁੰਦਾ ਦੂਜਾ ਠੀਕ ਹੁੰਦਾ, ਕਿ ਉਹਨਾਂ ਨੂੰ ਫਿਰ ਇੱਕ ਗੋਡੇ ਦਾ ਹੀ ਕਰਾਉਣਾ ਚਾਹੀਦਾ? ਗੋਡੇ ਦੇ ਵਿੱਚ ਇਸ ਤਰ੍ਹਾਂ ਹੈਗਾ ਜੀ, ਜੇ ਤਾਂ ਗੋਡਿਆਂ 2 'ਚ ਦਿੱਕਤ ਹੈ ਫਿਰ ਤਾਂ ਆਪਾਂ ਨੂੰ ਦੋਨੋਂ ਚੇਂਜ ਕਰਨੇ ਚਾਹੀਦੇ, ਅਦਰਵਾਈਜ਼ ਇਹ ਕੰਪਲਸਰੀ ਨਹੀਂ ਹੈ ਕਿ ਜੇ ਇੱਕ ਗੋਡਾ ਖਰਾਬ ਹੈ ਦੂਜਾ ਸਹੀ ਹੈ ਤਾਂ ਦੂਜੇ ਨੂੰ ਕੁਛ ਕਰਨਾ ਪਏਗਾ। ਕਈਆਂ ਨੂੰ ਮਨ 'ਚ ਡਾਊਟ ਆ ਜਾਂਦਾ ਕਿ ਇੱਕ ਬਦਲਾ ਲਿਆ ਤਾਂ ਵੱਡਾ ਹੋ ਜੂਗੀ ਲੱਤ, ਦੂਜੀ ਛੋਟੀ ਰਹਿ ਜੂਗੀ, ਇਹੋ ਜਿਹੀ ਗੱਲ ਨਹੀਂ ਹੈ। ਜੇ ਨੋਰਮਲ ਹੈ ਗੋਡੇ 'ਚ ਦਰਦ ਨਹੀਂ ਹੈ ਫਿਰ ਅਸੀਂ ਉਹਨੂੰ ਬਿਲਕੁਲ ਨਹੀਂ ਛੇੜਾਂਗੇ, ਜੇ ਇੱਕ ਦੀ ਦਿੱਕਤ ਹੈ ਤਾਂ ਆਪਾਂ ਇੱਕੋ ਹੀ ਡੀਲ ਕਰਾਂਗੇ। ਠੀਕ ਵੀ ਹੋ ਜੂਗੀ, ਗੋਡੇ ਚੇਂਜ ਕਰਾਉਣ ਦੀ ਲੋੜ ਵੀ ਨਹੀਂ ਪੈਣੀ ਹੈਗੀ, ਤੇ ਤੁਸੀਂ ਦਵਾਈ ਨਾਲ ਵੀ ਠੀਕ ਹੋ ਸਕਦੇ ਹੋਗੇ। ਤੇ ਥੈਂਕ ਯੂ ਡਾਕਟਰ ਸਾਹਿਬ ਗੱਲ ਕਰਨ ਵਾਸਤੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਤੁਹਾਨੂੰ ਹੀ ਦਿਖਾ ਰਹੇ ਕਿ ਗੋਡੇ ਅੰਦਰ ਪੈਂਦੇ ਕੀ ਸਿਸਟਮ ਹੁੰਦਾ ਗਾ ਜੀ, ਤੁਸੀਂ ਉਹ ਦੇਖੋ ਜੀ। ਇਸ ਦੇ ਵਿੱਚ ਜਿਹੜੀ ਤਾਂ ਜਿੰਨੀ ਜਿੰਨੀ ਆ ਜਿਵੇਂ ਗੋਡੇ ਦੀ ਪੱਟ ਦੀ ਹੱਡੀ ਹੈ, ਥਲੜੀ ਹੱਡੀ ਹੈ, ਵਿਚਕਾਰਲਾ ਹੋ ਗਿਆ, ਇਹਦੇ ਵਿੱਚ ਜਿੰਨੀ ਜਿੰਨੀ ਆ ਮਾਰਕਿੰਗ ਲੱਗ ਰਹੀ ਹੈ, ਸਿਰਫ ਇੰਨੀ ਇੱਕ ਤਰ੍ਹਾਂ ਦੀ ਹੱਡੀ ਦੀ ਛਿੱਲ ਨਿਕਲਦੀ ਹੈ। ਇਹ ਨਹੀਂ ਕਿ ਪੂਰਾ ਗੋਡਾ ਕੱਟ ਕੇ ਨਵਾਂ ਗੋਡਾ ਪੈਂਦਾ, ਇਸ ਤਰੀਕੇ ਨਾਲ ਜਦੋਂ ਹੱਡੀ ਨਿਕਲ ਗਈ ਇਹਦੇ ਵਿੱਚ ਉਹਦੀ ਸ਼ੇਪ ਆ ਗਈ, ਅਤੇ ਇਸ ਤਰੀਕੇ ਨਾਲ ਉਹਦਾ ਕੈਪ ਚੜ ਜਾਂਦਾ ਹੈਗਾ। ਇਹ ਉੱਪਰਲੀ ਹੱਡੀ 'ਤੇ ਕੈਪ ਆ ਗਿਆ, ਥੱਲੜੀ 'ਤੇ ਆ ਗਿਆ, ਵਿੱਚ ਪਲਾਸਟਿਕ ਆ ਗਿਆ ਜਿਹੜਾ ਆਪਾਂ ਚੇਂਜੇਬਲ ਹੁੰਦਾ, ਅਤੇ ਇਸ ਤਰੀਕੇ ਨਾਲ ਹੈ ਜਿਹੜਾ ਗੋਡਾ ਆਪਣਾ ਦੁਬਾਰਾ ਵਰਕ ਕਰਨਾ ਸ਼ੁਰੂ ਕਰ ਦਿੰਦਾ। ਜੇ ਆਪਾਂ ਅਸਲੀ ਇੰਪਲਾਂਟ ਦੇਖੀਏ ਤਾਂ ਉਹ ਇਸ ਤਰੀਕੇ ਨਾਲ ਦਿਖਦਾ ਆਪਣਾ, ਇਹ ਵਾਲੀ ਚੀਜ਼ ਹੈਗੀ ਹੈ। ਜੇ ਆਪਾਂ ਕਹੀਏ ਐਡਵਾਂਸਡ ਇੰਪਲਾਂਟਸ ਕਿਹੜੇ ਨੇ, ਉਹ ਇਸ ਤਰੀਕੇ ਨਾਲ ਹੈਗੇ ਨੇ। ਆ ਗੋਲਡ ਇੰਪਲਾਂਟ ਹੈਗਾ, ਇਹਦੇ ਵਿੱਚ ਕੀ ਹੈ ਕਿ ਟਾਈਟੇਨੀਅਮ ਦੀ ਕੋਟਿੰਗ ਨਾਲ ਆ ਜਾਂਦੀ ਹੈ, ਜਿਹਦੇ ਨਾਲ ਕਿ ਲਾਈਫ ਗੋਡੇ ਦੀ ਜ਼ਿਆਦਾ ਹੋ ਜਾਂਦੀ ਹੈ। ਮਤਲਬ ਨੋਰਮਲ ਗੋਡਾ ਜੇ 20-25 ਸਾਲ ਚੱਲਦਾ ਤਾਂ ਇਹ ਵਾਲਾ 25-35 ਸਾਲ ਚੱਲਦਾ। ਜਿਹੜੇ 50 ਸਾਲ ਤੋਂ ਘੱਟ ਵਾਲੇ ਮਰੀਜ਼ ਨੇ ਉਹਨਾਂ ਲਈ ਸਾਡੇ ਕੋਲ ਪ੍ਰੀਮੀਅਮ ਚੀਜ਼ਾਂ ਵੀ ਹੈਗੀਆਂ ਨੇ ਜਿਹੜੀਆਂ ਲੰਬੀਆਂ ਚੱਲ ਸਕਦੀਆਂ। ਠੀਕ ਹੈ ਜੀ, ਸੋਨੂੰ ਜੀ ਦਿਖਾਉਂਦੇ ਹਾਂਗੇ ਕਿ ਜਿਵੇਂ ਕਿ ਕਈਆਂ ਨੂੰ ਵਹਿਮ ਹੁੰਦਾ ਕਿ ਗੋਡੇ ਐਕਸਚੇਂਜ ਕਰਾਉਣ ਤੋਂ ਬਾਅਦ ਉਹ ਮੁੜਦੇ ਨਹੀਂ ਹੈਗੇ, ਅਤੇ ਸੋਨੂੰ ਦਿਖਾਉਂਦੇ ਹਾਂ ਮੇਰੀ ਦਾਦੀ ਦਾ ਕਿ ਇੱਥੇ ਫਿਜ਼ੀਓਥੈਰੇਪੀ ਵਾਲੇ ਡਾਕਟਰ ਨੇ ਇੱਥੇ ਹੱਥ ਪਾਓ, ਦੋਨੋਂ ਨੀਚੇ, ਹਾਂ ਹੁਣ ਮੁੜੋ, ਇੱਥੇ ਮੁੜੋ, ਨਹੀਂ ਮੁੜੋ ਜੀ ਇੱਥੇ, ਵੈਰੀ ਗੁੱਡ, ਕੋਈ ਦਿੱਕਤ? ਬਸ ਫਿਰ ਆ ਦੇਖੋ, ਬਹੁਤ ਵਧੀਆ ਨੇ ਜੀ, ਉਹ ਵੀ ਮੁੜੋ, ਮੁੜੋ ਜੀ, ਤਲਾ ਹੱਟ ਕੇ ਮੁੜੋ, ਵੈਰੀ ਗੁੱਡ, ਠੀਕ ਹੈ ਜੀ, ਕੋਈ ਦਿੱਕਤ ਤਾਂ ਨਹੀਂ ਜੀ? ਸਿੱਧੇ ਕਰ ਲਓ ਤੁਹਾਨੂੰ, ਚੱਲਾ ਕੇ ਰੱਖੋ, ਇੱਥੇ 10 ਮਿੰਟ, ਸੜਕ ਨੂੰ ਚਲਾ ਜਾਓ, ਕੋਈ ਦਿੱਕਤ, ਥਕਾਵਟ ਆਈ ਹੈ? ਵੈਰੀ ਗੁੱਡ, ਖੜਾਓ ਜੀ ਇੱਥੇ, ਇੱਥੇ ਖੜਾਓ, ਛੱਡ ਦੋ, ਥੋੜਾ ਸਾਹ ਲੈਣਾ, ਤੇ ਫਿਰ ਦੱਬੋ, ਇਹ ਵਾਲੀ ਜ਼ਿਆਦਾ ਕਰੋ, 1, 2, 3, 4, 5, 6, 7, 8, 9, 10, ਠੀਕ ਹੈ ਜੀ, ਇਹ ਹੋ ਗਈ। ਫਿਰ ਦੂਜੀ ਤੁਹਾਨੂੰ ਦੱਸੀ ਸੀ ਆਹ ਵਾਲੀ, ਥੋੜ੍ਹਾ ਗੋਡਾ ਮੋੜੋ, ਇੱਥੋਂ ਰੱਖ ਕੇ ਨਾ ਅੱਡੀ ਦਾ ਜੋੜ ਤੁਸੀਂ ਲਓ, ਨੀਚੇ ਅੱਡੀ ਦਾ, ਇਹ ਵਾਲੀ 10 ਇੰਚ 10 ਵਾਲੀ ਵੀ, 1, 2, 3, 4, 5, 6, 7, 8, 9, 10, ਠੀਕ ਹੈ, ਸੇਮ ਹੀ ਇਹ। ਫਿਰ ਤੁਹਾਨੂੰ ਦੱਸੀ ਸੀ ਅਗਲੀ, ਦੋਨੇ ਗੋਡੇ ਮੋੜੋ, ਦੋਨੇ ਪੈਰ ਚੁੱਕੋ, ਉਹਨਾਂ ਵਿਚਾਲੇ ਰੱਖ ਕੇ ਨਾ ਜੀ ਕੁਛ ਕਰੋ, ਮੈਨੂੰ ਇਹ ਦੱਬੋ, ਪੂਰਾ ਜ਼ੋਰ ਲਾਓ, ਇਹ ਵੀ ਦੋਨੇ ਗੋਡੇ ਆਪਸ 'ਚ ਪੂਰਾ ਜ਼ੋਰ ਲਾਉਣਾ ਹੈਗਾ, ਇਹ ਵੀ 10 ਇੰਚ 10 ਬਣਦੀ, ਜਿਵੇਂ 1, 2, 3, 4, 5, 6, 7, 8, 9, 10, ਠੀਕ ਹੈ, ਇਹਨੂੰ ਵੀ ਹੁਣ ਬੈਠੋ, ਉੱਠ ਕੇ ਦੋਨੇ ਗੋਡੇ ਦੱਬੋ, ਦੱਬ ਕੇ ਫਿਰ ਉੱਪਰ ਚੱਕੋ, ਹਾਂ ਐਵੇਂ ਬਸ ਪੂਰਾ ਜ਼ੋਰ ਲੱਗ ਕੇ ਨਹੀਂ ਉੱਠ ਲੈ, ਇੱਥੇ 10 ਗਿਣਨੇ ਆ, 10 ਗਿਣ ਕੇ ਫਿਰ ਨੀਚੇ ਲੈ ਜਾਓ, ਠੀਕ ਹੈ ਜੀ, 10 ਗਿਣ, ਇਹ ਵੀ 10 ਗਿਣ ਕੇ 10, ਠੀਕ ਹੈ, ਹੁਣ ਤੁਰ ਕੇ ਦਿਖਾਓ,
ਅਸੀਂ ਉਹਨੂੰ ਤੁਰ ਕੇ ਦਿਖਾਉਂਦੇ ਹਾਂ ਜੀ। हाँ देखो जी पौड़ी भी चढ़ सकते ने, कोई दिक्कत नहीं हैगी जी। कि जे कईयां नूं डर हुंदा गा कि गोडे पवा के मैं कि बैठ नहीं सकदा जां कि पौड़ी नहीं चढ़ सकदे। 3-4 घंटे हो गए ते हॉस्पिटल च बैठे नूं ही, ते भुख बहुत लग रही हैगी, ते पहला हुण कुछ खा पी लिए फिर खा के फिर चलांगे आपां पिंड नूं। ਆਪਾਂ ਨੇ ਖਾ ਲਿਆ, ਢਿੱਡ ਭਰ ਲਿਆ ਜੀ, ਹੁਣ ਚੱਲਦੇ ਆ ਪਿੰਡ ਨੂੰ, ਅਤੇ ਬਾਕੀ ਫਿਰ ਤੁਹਾਨੂੰ ਪਿੰਡ ਜਾ ਕੇ ਮਿਲਦੇ ਹਾਂਗੇ। ਇਹਨੂੰ ਹਨੂੰਮਾਨ ਚੌਂਕ ਕਹਿਣ ਦੀ ਖਾਸ ਵਜ੍ਹਾ ਗੀ, ਤੁਸੀਂ ਆਹ ਸਾਹਮਣੇ ਦੇਖ ਰਹੇ ਹੋਗੇ ਇੱਥੇ ਇਹ ਹਨੂੰਮਾਨ ਦੀ, ਦੇਖੋ ਕਿੱਡੀ ਵੱਡੀ ਮੂਰਤੀ ਆ। ਕੈਮਰੇ 'ਚ ਤਾਂ ਤੁਹਾਨੂੰ ਛੋਟੀ ਲੱਗ ਰਹੀ ਹੋਊਗੀ ਪਰ ਇਹ ਬਹੁਤ ਜ਼ਿਆਦਾ ਉੱਚੀ ਮੂਰਤੀ ਹੈਗੀ, ਤਾਂ ਹੀ ਇਹਨੂੰ ਹਨੂੰਮਾਨ ਚੌਂਕ ਕਿਹਾ ਜਾਂਦਾ ਹੈਗਾ। ਕਿਸੇ ਨੇ ਵੀ ਉੱਥੋਂ ਆਪਰੇਟ ਕਰਵਾਉਣਾ ਹੋਵੇ ਗੋਡਿਆਂ ਦਾ, ਆਪਣੇ ਗ੍ਰੈਂਡ ਪੇਰੈਂਟਸ ਦਾ ਜਾਂ ਕਿਸੇ ਦਾ ਵੀ, ਤਾਂ ਉੱਥੋਂ ਕਰਾ ਸਕਦਾ ਗਾ। ਵਧੀਆ ਟਰੱਸਟਡ ਕੰਮ ਹੈ ਜੀ, ਅਤੇ ਮੈਂ ਤਾਂ ਪਰਸਨਲੀ ਦੇਖਿਆ ਗਾ ਕਿ ਕਿਉਂ ਮੇਰੀ ਦਾਦੀ ਦਾ ਵੀ ਆਪਰੇਸ਼ਨ ਠੀਕ ਕਰਵਾਇਆ ਗਾ, ਅਤੇ ਉੱਥੇ ਵਧੀਆ ਕੇਅਰ ਵੀ ਵਧੀਆ ਕਰਦੇ ਨੇ, ਅਤੇ ਬਾਕੀ ਕਿ ਸਾਰਾ ਕੁਛ ਕਿ ਠੀਕ ਹੈਗਾ ਕਿ ਵਧੀਆ ਕਰਦੇ ਨੇ, ਅਤੇ ਕਿ ਵਧੀਆ ਉੱਥੇ ਟ੍ਰੀਟਮੈਂਟ ਦਿੰਦੇ ਨੇਗੇ, ਕਿ ਜਿਹੜਾ ਸਰਜਨ ਆ ਡਾਕਟਰ ਖੁਦ ਉਹ ਆਪ ਬਹੁਤ ਵਧੀਆ ਨੇ, ਅਤੇ ਸੁਭਾਅ ਦੇ ਬੜੇ ਵਧੀਆ ਨੇਗੇ, ਅਤੇ ਤੁਸੀਂ ਜਾ ਕੇ ਉੱਥੇ ਉਹਨਾਂ ਨਾਲ ਮਿਲ ਸਕਦੇ ਹੋ ਅਤੇ ਵਿਜਿਟ ਕਰ ਸਕਦੇ ਹੋ ਹੋਸਪਿਟਲ 'ਚ। ਅਤੇ ਬਾਕੀ ਮੈਂ ਉਹਨਾਂ ਦਾ ਨੰਬਰ ਅਤੇ ਨੰਬਰ ਜੀਮੇਲ ਆਈ ਡੀ ਅਤੇ ਉਹਨਾਂ ਦੀ ਵੈਬਸਾਈਟ ਦਾ ਸਾਰਾ ਥੱਲੇ ਦੇ ਦੂੰਗਾ ਡਿਸਕ੍ਰਿਪਸ਼ਨ 'ਚ, ਤੁਸੀਂ ਚੈੱਕ ਕਰ ਸਕਦੇ ਹੋਗੇ। ਇੱਥੇ ਕਰਦੇ ਜੀ ਆਪਾਂ ਬਲੌਗ ਦਾ ਐਂਡ, ਅਤੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਹੀ। ਰਾਮ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।